ਦੁੱਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਵਿਸ਼ਰਾਮਾ, ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ। ਕੋਈ ਸਮਾਂ ਸੀ ਜਦੋਂ ਮਨੁੱਖ ਦੀ ਸਧਾਰਨ ਅਵਸਥਾ ਆਨੰਦ ਵਾਲੀ ਸੀ, ਸੁੱਖ ਵਾਲੀ ਸੀ, ਅਤੇ ਇੱਕ ਅਜੋਕਾ ਸਮਾਂ ਹੈ ਜਦੋਂ ਮਨੁੱਖ ਦੀ ਸਧਾਰਨ ਰੋਜ਼ਮਰ੍ਹਾ ਦੀ ਜ਼ਿੰਦਗੀ ਦੀ ਅਵਸਥਾ ਦੁੱਖ ਵਾਲੀ ਹੋ ਗਈ ਹੈ, ਦੁੱਖ ਭਰੀ ਹੋ ਗਈ ਹੈ। ਪਰ ਉਹਦੇ ਅੰਦਰੋਂ ਦੁੱਖਾਂ ਦਾ ਇਹ ਡੇਰਾ ਢਹਿ ਵੀ ਜਾਂਦਾ ਹੈ, ਉਹਦੇ ਅੰਦਰ ਆਨੰਦ ਅਤੇ ਵਿਸ਼ਰਾਮ ਆ ਵੀ ਜਾਂਦਾ ਹੈ, ਉਹਨੂੰ ਮਨ ਇੱਛਤ ਫਲ ਪ੍ਰਾਪਤ ਵੀ ਹੋ ਜਾਂਦੇ ਨੇ ਜੇ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਘਟਨਾ ਵਾਪਰ ਜਾਏ। ਉਹ ਘਟਨਾ ਕਿਹੜੀ ਹੈ, ਕਿਵੇਂ ਵਾਪਰਦੀ ਹੈ ਅਤੇ ਕਿਵੇਂ ਮਨੁੱਖ ਦੇ ਅੰਦਰੋਂ ਦੁੱਖਾਂ ਦਾ ਡੇਰਾ ਢਾਹ ਦਿੰਦੀ ਹੈ, ਵਿਸਥਾਰ ਦੇ ਵਿੱਚ ਇਹਨਾਂ ਗੱਲਾਂ ਬਾਰੇ ਆਪਾਂ ਜਾਣਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 614ਵੇਂ ਅੰਗ 'ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚੋਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜੀ ਤੁਹਾਨੂੰ ਸਮੇਂ ਦੀ ਦਾਤ ਬਖਸ਼ਣ ਅਤੇ ਤੁਸੀਂ ਅੰਤ ਤੱਕ ਇਸ ਵੀਡੀਓ ਨੂੰ ਵੇਖ ਸਕੋ। Religion Outlook। ਸੋਰਠ ਮਹਿਲਾ ਪੰਜਵਾਂ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਗੁਰੂ ਅਰਜਨ ਸਾਹਿਬ ਕਹਿੰਦੇ ਕਿ ਹੇ ਪਿਆਰੇ ਪ੍ਰਭੂ, ਮਿਹਰ ਕਰ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸ਼ਰਨ ਪਿਆ ਰਹਾਂ। ਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਉਣ ਵਾਲੇ ਹਨ। ਹਮ ਸੰਤਨ ਸਿਓ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਪਾਈ ਰਹਾਓ। ਇਸ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਨੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਉਹਨਾਂ 'ਤੇ ਕਿਰਪਾ ਕੀਤੀ ਜਾਵੇ ਕਿ ਉਹ ਸੰਤ ਜਨਾਂ ਦੀ ਚਰਨ ਧੂੜ ਬਣ ਜਾਵਣ, ਸੰਤਾਂ ਦੀ ਸ਼ਰਨ ਪੈ ਜਾਵਣ। ਅਤੇ ਰਹਾਉ ਵਾਲੀਆਂ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਆਪਣੀ ਅਰਦਾਸ ਸੁਣੇ ਜਾਣ ਤੋਂ ਬਾਅਦ ਦੀ ਗੱਲ ਕਰਦੇ ਨੇ ਕਿ ਹਮ ਸੰਤਨ ਸਿਓ ਬਣ ਆਈ, ਕਿ ਸੰਤ ਜਨਾਂ ਦੇ ਨਾਲ ਮੇਰੀ ਪ੍ਰੀਤ ਬਣ ਗਈ ਹੈ। ਕਿਵੇਂ ਬਣੀ? ਪੂਰਬ ਲਿਖਿਆ ਪਾਈ, ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ। ਪਿਛਲਾ ਲਿਖਿਆ ਲੇਖ, ਇੱਕ ਬੱਚਾ ਪੈਦਾ ਹੁੰਦਾ ਹੈ ਇੱਕ ਖਾਸ ਪ੍ਰਕਾਰ ਦੀ ਵਿਰਤੀ ਲੈ ਕੇ, ਉਹਦੇ ਪਰਿਵਾਰ ਦੇ ਵਿੱਚ ਇੱਕ ਖਾਸ ਪ੍ਰਕਾਰ ਦਾ ਮਾਹੌਲ ਹੁੰਦਾ ਹੈ, ਪਰਿਵਾਰਕ ਮਾਹੌਲ ਦੇ ਅਨੁਸਾਰ ਬੱਚੇ ਦੀ ਵਿਰਤੀ ਢਲਦੀ ਹੈ ਅਤੇ ਬੱਚੇ ਦੀ ਵਿਰਤੀ ਦੇ ਅਨੁਸਾਰ ਪਰਿਵਾਰ ਦੇ ਮੈਂਬਰ ਉਹਦੇ ਨਾਲ ਵਰਤਾਵ ਕਰਦੇ ਨੇ, ਉਹਦੀ ਦੇਖਭਾਲ ਕਰਦੇ ਨੇ, ਜਿੱਦਾਂ ਦੀ ਉਹਦੀ ਵਿਰਤੀ ਹੈ ਉੱਦਾਂ ਦੀਆਂ ਉਹਨੂੰ ਚੀਜ਼ਾਂ ਪ੍ਰਦਾਨ ਕਰਦੇ ਨੇ। ਜੇ ਕਦੇ ਧਿਆਨ ਦੇ ਨਾਲ ਤੁਸੀਂ ਕਿਸੇ ਜਿੱਪ ਨੂੰ ਵੇਖਿਆ ਹੋਵੇ ਤਾਂ ਇੱਕ ਪਾਸਿਓਂ ਇੱਕ ਕੜੀ ਜੁੜਦੀ ਹੈ, ਦੂਜੇ ਪਾਸਿਓਂ ਦੂਸਰੀ ਜੁੜ ਜਾਂਦੀ ਹੈ, ਇੱਦਾਂ ਕਰਦੇ ਕਰਦੇ ਜਿੱਪ ਬੰਦ ਹੋ ਜਾਂਦੀ ਹੈ। ਕਿਸੇ ਵੀ ਇਨਸਾਨ ਦੀ ਪ੍ਰਗਤੀ ਜੋ ਹੈ ਇੱਕ ਬੱਚੇ ਤੋਂ ਜਵਾਨ ਹੋਣ ਤੱਕ ਦੀ ਅਤੇ ਜਵਾਨ ਤੋਂ ਬੁਢਾਪੇ ਤੱਕ ਦੀ, ਉਹ ਇਸੇ ਜਿੱਪ ਵਾਂਗੂ ਹੀ ਕੰਮ ਕਰਦੀ ਹੈ।
ਕਿ ਇੱਕ ਖਾਸ ਵਿਰਤੀ ਲੈ ਕੇ ਉਹ ਪੈਦਾ ਹੋਇਆ, ਇੱਕ ਖਾਸ ਮਾਹੌਲ ਉਹਨੂੰ ਮਿਲਿਆ। ਉਹ ਦੋਨੇ ਜਿੱਪ ਦੀਆਂ ਕੜੀਆਂ ਵਾਂਗੂ ਕੰਮ ਕਰਦੀਆਂ ਨੇ ਅਤੇ ਅੱਗੇ ਅੱਗੇ ਜਿਵੇਂ ਜਿਵੇਂ ਜ਼ਿੰਦਗੀ ਵੱਧਦੀ ਜਾਂਦੀ ਹੈ ਇੱਕ ਦੂਜੇ ਨੂੰ ਉਹ ਆਪਣੇ ਅਨੁਸਾਰ ਢਾਲਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਹੀ ਜੁੜਦੀਆਂ ਜੜਾਉਂਦੀਆਂ ਕੜੀਆਂ ਮਨੁੱਖ ਦੀ ਜ਼ਿੰਦਗੀ ਦਾ ਨਕਸ਼ਾ ਬਣਾਉਂਦੀਆਂ ਰਹਿੰਦੀਆਂ। ਉਸੇ ਨਕਸ਼ੇ ਤਹਿਤ ਕਈ ਮਨੁੱਖ ਗਲਤ ਰਸਤਿਆਂ 'ਤੇ ਵੀ ਪੈ ਜਾਂਦੇ ਨੇ, ਜ਼ਿੰਦਗੀ ਦੇ ਮਕਸਦ ਤੋਂ ਭਟਕ ਜਾਂਦੇ ਨੇ, ਆਪਣੇ ਆਪ ਨੂੰ ਐਸੀਆਂ ਪਰਿਸਥਿਤੀਆਂ ਦੇ ਵਿੱਚ ਪਾ ਲੈਂਦੇ ਨੇ ਕਿ ਜਿੱਥੇ ਦੁੱਖ ਹੀ ਦੁੱਖ ਹੈ, ਚਿੰਤਾ ਹੀ ਚਿੰਤਾ ਹੈ। ਪਰ ਕਈ ਐਸੇ ਵੀ ਨੇ ਜਿਹੜੇ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜ ਲੈਂਦੇ ਨੇ ਅਤੇ ਗੁਰੂ ਸਾਹਿਬ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜ ਲੈਣ ਦੀ, ਸੰਤ ਜਨਾਂ ਦੀ ਸ਼ਰਨ ਵਿੱਚ ਪਹੁੰਚ ਜਾਣ ਦੀ ਵਿਥਿਆ ਸੁਣਾਉਂਦੇ ਨੇ ਕਿ ਪੂਰਬ ਲਿਖਿਆ ਪਾਈ। ਉਹਨਾਂ ਨੂੰ ਬਚਪਨ ਤੋਂ ਹੀ ਉਸ ਤਰ੍ਹਾਂ ਦਾ ਮਾਹੌਲ ਮਿਲਿਆ, ਉਸ ਤਰ੍ਹਾਂ ਦੇ ਲੋਕ ਮਿਲੇ। ਉਹਨਾਂ ਦੇ ਮਾਂ ਬਾਪ ਧਾਰਮਿਕ ਪ੍ਰਵਿਰਤੀ ਦੇ ਸਨ ਤਾਂ ਪਹਿਲੀ ਗੱਲ ਤਾਂ ਗੁਰੂ ਸਾਹਿਬ ਪੈਦਾ ਹੀ ਉਸ ਤਰ੍ਹਾਂ ਦੀ ਵਿਰਤੀ ਲੈ ਕੇ ਹੋਏ ਹੋਵਣਗੇ। ਫਿਰ ਉਹਨਾਂ ਦਾ ਪਰਿਵਾਰਕ ਮਾਹੌਲ ਸੁਭਾਵਿਕ ਹੀ ਧਾਰਮਿਕ, ਪਰਮਾਤਮਾ ਦੇ ਨੇੜੇ, ਵਿਕਾਰਾਂ ਤੋਂ ਰਹਿਤ ਹੋਵੇਗਾ ਅਤੇ ਅੱਗੇ ਅੱਗੇ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਹੀ ਮਾਹੌਲ ਗੁਰੂ ਸਾਹਿਬ ਨੂੰ ਮਿਲਦਾ ਗਿਆ ਅਤੇ ਸੰਤ ਜਨਾਂ ਦੀ ਸ਼ਰਨ ਦੇ ਵਿੱਚ ਉਹ ਪਹੁੰਚ ਗਏ। ਤੁਸੀਂ ਗੁਰਬਾਣੀ ਨੂੰ ਸਮਝਦੇ ਪਏ ਹੋ ਅੱਜ, ਪਰ ਜੇ ਤੁਸੀਂ ਆਪਣੀ ਜ਼ਿੰਦਗੀ 'ਤੇ ਝਾਤੀ ਮਾਰੋਗੇ ਤਾਂ ਤੁਸੀਂ ਵੀ ਬਹੁਤ ਸਾਰੀਆਂ ਪਰਿਸਥਿਤੀਆਂ ਦੇ ਵਿੱਚੋਂ ਗੁਜ਼ਰਦੇ ਹੋਏ, ਬੜੇ ਵੱਖਰੇ ਵੱਖਰੇ ਮਾਹੌਲਾਂ ਦੇ ਵਿੱਚੋਂ ਗੁਜ਼ਰਦੇ ਹੋਏ ਅੱਜ ਗੁਰੂ ਦੀ ਸ਼ਰਨ ਦੇ ਵਿੱਚ ਆ ਚੁੱਕੇ ਹੋ। ਕਿਤੇ ਨਾ ਕਿਤੇ ਤੁਹਾਨੂੰ ਇਦਾਂ ਦਾ ਮਾਹੌਲ ਮਿਲਦਾ ਗਿਆ, ਤੁਹਾਡੀ ਵਿਰਤੀ ਉਸ ਮਾਹੌਲ ਦੇ ਅਨੁਸਾਰ ਢਲਦੀ ਗਈ ਅਤੇ ਤੁਸੀਂ ਇੱਥੇ ਪਹੁੰਚ ਗਏ। ਪੂਰਬ ਲਿਖਿਆ ਜੋ ਹੈ ਇਹ ਇਹੀ ਹੈ ਕਿ ਅੱਜ ਜਿੱਥੇ ਤੁਸੀਂ ਖੜ੍ਹੇ ਹੋ, ਅੱਜ ਤੋਂ 5, 10, 15, 20, 25, 30 ਸਾਲ ਪਹਿਲਾਂ ਜੋ ਤੁਸੀਂ ਕੁਝ ਕੀਤਾ ਹੋਣਾ, ਉਦੋਂ ਕੋਈ ਨੀਂਹ ਤੁਹਾਡੇ ਅੰਦਰ ਰੱਖੀ ਗਈ ਹੋਣੀ ਹੈ, ਉਸੇ ਦੇ ਨਤੀਜੇ ਵਜੋਂ ਤੁਸੀਂ ਅੱਜ ਇੱਥੇ ਖੜ੍ਹੇ। ਜ਼ਿੰਦਗੀ ਦੇ ਜਿਸ ਪੜਾਅ 'ਤੇ ਵੀ, ਜਿੱਥੇ ਵੀ ਤੁਸੀਂ ਖੜ੍ਹੇ, ਤੁਹਾਡਾ ਅੱਜ ਇੱਥੇ ਖੜ੍ਹਨਾ ਬੀਤ ਚੁੱਕੇ ਸਮੇਂ ਦੇ ਵਿੱਚ ਤੁਹਾਡੇ ਕਿਸੇ ਨਾ ਕਿਸੇ ਫੈਸਲੇ 'ਤੇ ਨਿਰਭਰ ਕਰਦਾ ਸੀ। ਤੁਸੀਂ ਕੋਈ ਫੈਸਲਾ ਲਿਆ, ਉਦੋਂ ਹੀ ਇਹ ਚੀਜ਼ ਨਿਰਧਾਰਿਤ ਹੋ ਗਈ ਸੀ ਕਿ ਤੁਸੀਂ ਇੱਥੇ ਪਹੁੰਚੋਗੇ। ਸੋ ਗੁਰੂ ਸਾਹਿਬ ਕਹਿੰਦੇ, ਹਮ ਸੰਤਨ ਸਿਉ ਬਨ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਪਾਈ। ਕਿ ਹੇ ਪ੍ਰਭੂ, ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਉਹਾਰਾ, ਸੰਤਨ ਸਿਉ ਹਮਲਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਹੇ ਪਰਮਾਤਮਾ, ਤੇਰੀ ਮਿਹਰ ਨਾਲ ਸੰਤ ਜਨਾਂ ਨਾਲ ਹੀ ਮੇਰਾ ਲੈਣ ਦੇਣ ਅਤੇ ਵਰਤਨ ਵਿਹਾਰ ਹੈ। ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖਜ਼ਾਨੇ ਭਰ ਗਏ ਹਨ। ਸੰਤਨ ਮੋਕੋ ਪੂੰਜੀ ਸੌਂਪੀ, ਤੋਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਹੇ ਭਾਈ, ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸ ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ ਫਿਕਰ ਲੈ ਗਿਆ ਹੈ।
ਸੰਤਨ ਮੋਹ ਕਉ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ। ਚਿੰਤਾ ਫਿਕਰ ਸਾਨੂੰ ਜੀਵਨ ਦੀਆਂ ਸਧਾਰਨ ਪਰਿਸਥਿਤੀਆਂ ਦਾ ਹੀ ਹੋਇਆ ਰਹਿੰਦਾ ਹੈ ਅਤੇ ਵਧੇਰੇ ਕਰਕੇ ਤਾਂ ਸਭ ਕੁਝ ਹੁੰਦਿਆਂ ਹੋਇਆਂ ਵੀ ਸਾਨੂੰ ਚਿੰਤਾ ਫਿਕਰ ਹੋਈ ਰਹਿੰਦੀ ਹੈ। ਸਾਡੇ ਕੋਲ ਇੰਨੀ ਧਨ ਸੰਪੱਤੀ ਹੈ, ਬੈਂਕ ਦੇ ਵਿੱਚ ਪੈਸਾ ਪਿਆ ਹੈ ਕਿ ਆਉਣ ਵਾਲੇ ਕੁਝ ਸਾਲ ਤਾਂ ਅਸੀਂ ਜੀ ਹੀ ਸਕਦੇ ਹਾਂ ਆਸਾਨੀ ਨਾਲ, ਸਾਲ ਨਹੀਂ ਤਾਂ ਕੁਝ ਹਫ਼ਤੇ ਕੁਝ ਮਹੀਨੇ ਤਾਂ ਕੱਢ ਹੀ ਸਕਦੇ ਹਾਂ। ਪਰ ਇੱਕ ਦਿਨ ਜੇ ਸਾਡਾ 100-50 ਦਾ ਵੀ ਕੋਈ ਨੁਕਸਾਨ ਹੋ ਜੇ ਅਸੀਂ ਚਿੰਤਾ 'ਚ ਡੁੱਬ ਜਾਂਦੇ ਹਾਂ, ਕੋਈ 1000-1500 ਦਾ ਨੁਕਸਾਨ ਹੋ ਜੇ ਅਸੀਂ ਚਿੰਤਾ 'ਚ ਡੁੱਬ ਜਾਂਦੇ ਹਾਂ ਕਿ ਜਿਵੇਂ ਉਸ 1000-1500 ਦੇ ਨੁਕਸਾਨ ਨਾਲ ਅਸੀਂ ਕਿਤੇ ਭੁੱਖੇ ਹੀ ਮਰ ਜਾਂਦੇ। ਉਹ ਜਿਹੜਾ ਚਿੰਤਾ ਫਿਕਰ ਹੈ ਨਾ, ਉਹ ਮੋਹ ਦੇ ਵਿੱਚੋਂ ਉਪਜਦਾ। ਉੱਥੇ ਇਹ ਨਹੀਂ ਹੁੰਦਾ ਕਿ ਅਸੀਂ ਕਿਤੇ ਭੁੱਖੇ ਮਰ ਜਾਂਗੇ ਉਹਦੇ ਬਿਨਾਂ, ਬਸ ਉੱਥੇ ਇੱਕ ਮੋਹ ਹੈ ਉਸ ਪੈਸੇ ਦੇ ਨਾਲ ਜਿਹੜਾ ਸਾਡੇ ਤੋਂ ਖੁੱਸ ਗਿਆ, ਉਸ ਮੋਹ ਦੇ ਕਰਕੇ ਅਸੀਂ ਚਿੰਤਾ ਫਿਕਰ 'ਚ ਪੈਂਦੇ ਹਾਂ। ਇਸੇ ਤਰ੍ਹਾਂ ਹੀ ਕੋਈ ਛੋਟੀ ਮੋਟੀ ਬਿਮਾਰੀ ਹੋ ਗਈ ਤਾਂ ਅਸੀਂ ਚਿੰਤਾ 'ਚ ਘਿਰ ਜਾਂਦੇ ਹਾਂ ਕਿ ਪਤਾ ਨਹੀਂ ਕੀ ਹੋ ਗਿਆ। ਛੋਟਾ ਮੋਟਾ ਖੰਘ ਜ਼ੁਕਾਮ ਸਾਨੂੰ ਚਿੰਤਤ ਕਰ ਦਿੰਦਾ ਕਿ ਹੁਣ ਮੈਂ ਕੰਮ ਨਹੀਂ ਕਰ ਸਕਦਾ, ਮੈਨੂੰ ਛੁੱਟੀ ਲੈਣੀ ਪਏਗੀ, ਅੱਜ ਦਾ ਮੇਰਾ ਨੁਕਸਾਨ ਹੋ ਜਾਏਗਾ। ਉਹ ਸਭ ਕੁਝ ਮੋਹ ਦੇ ਵਿੱਚੋਂ ਹੀ ਉਪਜਿਆ ਹੁੰਦਾ। ਇੱਕ ਤਾਂ ਸਰੀਰਕ ਸੁੱਖ ਦਾ ਮੋਹ ਕਿ ਸਾਨੂੰ ਲੱਗਦਾ ਅਸੀਂ ਬਸ ਸੁਖੀ ਅਵਸਥਾ ਦੇ ਵਿੱਚ ਹੀ ਰਹੀਏ, ਸਰੀਰ 'ਤੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ, ਉਹ ਮੋਹ ਹੈ ਉਸ ਪਰਿਸਥਿਤੀ ਦੇ ਨਾਲ। ਅਤੇ ਜਦੋਂ ਉਹ ਪਰਿਸਥਿਤੀ ਨਹੀਂ ਮਿਲਦੀ, ਕਿਸੇ ਨਾ ਕਿਸੇ ਕਾਰਨ ਕਰਕੇ ਸਰੀਰਕ ਤਕਲੀਫ ਦੇ ਵਿੱਚ ਅਸੀਂ ਆ ਜਾਂਦੇ ਹਾਂ, ਅਸੀਂ ਚਿੰਤਤ ਹੋ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ। ਪਰਮਾਤਮਾ ਦੀ ਭਗਤੀ ਦਾ ਖਜ਼ਾਨਾ ਜਦੋਂ ਸਾਡੇ ਹੱਥ ਲੱਗ ਜਾਵੇ, ਸੰਤਾਂ ਦੀ ਸ਼ਰਨ ਪੈ ਕੇ ਜਦੋਂ ਅਸੀਂ ਪ੍ਰਭੂ ਦੀ ਯਾਦ ਵਿੱਚ ਲੀਨ ਹੋ ਜਾਈਏ, ਤਾਂ ਮਨ ਕਾ ਧੋਖਾ ਜਿਹੜਾ ਹੈ, ਦੇਖੋ ਗੁਰੂ ਸਾਹਿਬ ਨੇ ਸ਼ਬਦ ਵੀ ਧੋਖਾ ਵਰਤਿਆ ਚਿੰਤਾ ਫਿਕਰ ਦੇ ਲਈ, ਕਿਉਂਕਿ ਦਰਅਸਲ ਇਹ ਸਾਡਾ ਮਨ ਹੀ ਸਾਨੂੰ ਧੋਖਾ ਦੇ ਰਿਹਾ ਹੁੰਦਾ। ਪਰ ਪ੍ਰਭੂ ਦੇ ਲੜ ਲੱਗ ਕੇ ਜਦੋਂ ਆਪੇ ਦਾ ਸਾਨੂੰ ਗਿਆਨ ਹੋ ਜਾਵੇ ਤਾਂ ਇਹ ਧੋਖਾ ਮਿਟ ਜਾਂਦਾ, ਉਤਰ ਜਾਂਦਾ ਹੈ, ਇਸ ਧੋਖੇ ਦਾ ਪਰਦਾ ਫਾਸ਼ ਹੋ ਜਾਂਦਾ, ਸਾਰਾ ਲੇਖਾ ਜੋਖਾ ਹੀ ਮਿਟ ਜਾਂਦਾ। ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਜੋ ਹੁਣ ਤੱਕ ਅਸੀਂ ਇਹ ਜੋ ਚਿੰਤਾ ਫਿਕਰ ਅਸੀਂ ਕਰਦੇ ਹਾਂ, ਇਹ ਵੀ ਤਾਂ ਅਸੀਂ ਸਿੱਖੇ ਹੀ ਹੁੰਦੇ ਨੇ ਆਪਦੀ ਪਿਛਲੀ ਜ਼ਿੰਦਗੀ ਦੇ ਦੌਰਾਨ। ਪਿਛਲੀ ਤੋਂ ਭਾਵ ਕਿ ਜੋ ਜ਼ਿੰਦਗੀ ਅਸੀਂ ਹੁਣ ਤੱਕ ਬਿਤਾ ਚੁੱਕੇ ਹਾਂ ਉਹਦੇ ਦੌਰਾਨ ਅਸੀਂ ਇਹ ਚੀਜ਼ਾਂ ਸਿੱਖੀਆਂ ਹੀ ਹੁੰਦੀਆਂ ਨੇ ਕਿ ਅੱਛਾ ਇੰਨੇ ਕੁ ਨੁਕਸਾਨ 'ਤੇ ਦੁਖੀ ਹੋਈਦਾ, ਫਿਕਰ 'ਚ ਪੈ ਜਾਈਦਾ, ਸਰੀਰਕ ਜੇ ਕੋਈ ਤਕਲੀਫ ਆ ਜਾਏ ਤਾਂ ਦੁਖੀ ਹੋ ਜਾਈਦਾ, ਸਿੱਖਿਆ ਹੁੰਦਾ। ਗੁਰੂ ਦੇ ਲੜ ਲੱਗ ਕੇ ਇਹ ਸਿੱਖਿਆ ਸਿਖਾਇਆ, ਸਭ ਫਾਟਿਓ ਸਗਲੋ ਲੇਖਾ, ਇਹ ਮਿਟ ਜਾਂਦਾ, ਇਹ ਕੱਟਿਆ ਜਾਂਦਾ, ਇਹ ਚੀਜ਼ਾਂ ਭੁੱਲ ਜਾਂਦੀਆਂ ਨੇ। ਧਰਮਰਾਜ ਵੀ ਫਿਰ ਕੋਈ ਪੁੱਛ ਨਹੀਂ ਕਰਦਾ। ਧਰਮਰਾਜ ਦੀ ਪੁੱਛ ਵੀ ਤਾਂ ਇਹੀ ਹੁੰਦੀ ਹੈ ਨਾ, ਜੋ ਅਸੀਂ ਕੁਝ ਗਲਤ ਚੀਜ਼ਾਂ ਸਿੱਖ ਲਈਆਂ, ਕੁਝ ਗਲਤ ਫੈਸਲੇ ਕਰਨ ਨੂੰ ਜਦੋਂ ਅਸੀਂ ਜਾਂਦੇ ਹਾਂ, ਸਾਨੂੰ ਅੰਦਰੇ ਅੰਦਰ ਪਤਾ ਜ਼ਰੂਰ ਹੁੰਦਾ ਕਿ ਇਹ ਜੋ ਮੈਂ ਕਰਨ ਲੱਗਿਆ ਇਹ ਗਲਤ ਹੈ, ਕਿ ਇਹਦੇ ਨਤੀਜੇ ਉਹ ਨਿਕਲਣੇ ਨੇ ਜਿਹੜੇ ਮੈਨੂੰ ਪਸੰਦ ਨਹੀਂ ਆਉਣੇ, ਅਤੇ ਜਦੋਂ ਉਹ ਨਤੀਜੇ ਸਾਨੂੰ ਭੁਗਤਣੇ ਪੈਂਦੇ ਆ ਉਹ ਲੇਖੇ ਜੋਖੇ ਦਾ ਸਮਾਂ ਹੁੰਦਾ ਹੈ। ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਈਏ, ਅਸੀਂ ਐਸਾ ਕੋਈ ਕੰਮ ਕਰਦੇ ਹੀ ਨਹੀਂ ਜਿਹੜਾ ਸਾਡੇ ਅੰਦਰ ਗਲਤ ਮਹਿਸੂਸ ਹੋ ਰਿਹਾ ਹੋਵੇ, ਜਦੋਂ ਵੀ ਕੋਈ ਫੈਸਲਾ ਲੈਣ ਲੱਗੇ ਸਾਡੇ ਅੰਦਰ ਇਹ ਮਹਿਸੂਸ ਹੁੰਦਾ ਕਿ ਇਹ ਗਲਤ ਹੈ, ਅਸੀਂ ਉੱਥੇ ਰੁਕ ਜਾਂਦੇ ਹਾਂ, ਉਹ ਫੈਸਲਾ ਨਹੀਂ ਲੈਂਦੇ। ਪਰ ਆਪੇ ਦੀ ਪਛਾਣ ਹੈ ਇਹ, ਇਹ ਗੁਰੂ ਦੇ ਲੜ ਲੱਗਿਆਂ ਹੀ ਆਉਂਦੀ ਹੈ। ਅਤੇ ਜਦੋਂ ਇਹ ਮੁਕਾਮ ਤੁਸੀਂ ਹਾਸਲ ਕਰ ਲਵੋ ਤਾਂ ਮਹਾ ਆਨੰਦ ਭਏ ਸੁਖ ਪਾਇਆ,
ਸੰਤਨ ਕੈ ਪ੍ਰਸਾਦੇ, ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਤਾਂ ਸੰਤ ਜਨਾਂ ਦੀ ਕਿਰਪਾ ਦੇ ਨਾਲ ਮਨ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਨਾਨਕ ਇਹ ਆਖੋ, ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ ਹਾਂ। ਸੋਰਠ ਮਹਿਲਾ ਪੰਜਵਾਂ, ਜੇਤੀ ਸਮੱਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਨੀ, ਰਾਮ ਨਾਮ ਸੰਗ ਕਰੋ ਬਿਉਹਾਰਾ, ਪਾਵਹਿ ਪਦ ਨਿਰਬਾਨੀ। ਹੇ ਮਨੁੱਖ, ਇਹ ਜਿਤਨਾ ਹੀ ਸਾਜ ਸਮਾਨ ਤੂੰ ਵੇਖ ਰਿਹਾ ਹੈ, ਇਹ ਸਾਰਾ ਹੀ ਅੰਤ ਛੱਡ ਕੇ ਚਲੇ ਜਾਣਾ ਹੈ। ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾ, ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਗਾ ਜਿੱਥੇ ਕੋਈ ਵਾਸ਼ਨਾ ਪੋ ਨਹੀਂ ਸਕਦੀ। ਪਿਆਰੇ ਤੂੰ ਮੇਰੋ ਸੁਖਦਾਤਾ, ਗੁਰਪੁਰੈ ਦੀਆ ਉਪਦੇਸ਼ਾਂ, ਤੁਮ ਹੀ ਸੰਗ ਪਰਾਤਾ ਰਹਾਓ। ਹੇ ਪਿਆਰੇ ਪ੍ਰਭੂ, ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਤੂੰ ਹੀ ਮੇਰਾ ਸੁੱਖਾਂ ਦਾ ਦਾਤਾ ਹੈ। ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਮੈਂ ਤੇਰੇ ਨਾਲ ਹੀ ਪਰੋਤਾ ਗਿਆ ਹਾਂ। ਕਾਮ ਕ੍ਰੋਧ ਲੋਭ ਮੋਹ ਅਭਿਮਾਨਾ, ਤਾਂ ਮੈਂ ਸੁੱਖ ਨਹੀਂ ਪਾਈਐ, ਹੋ ਹੂਰੇਨ ਤੂੰ ਸਗਲ ਕੀ ਮੇਰੇ, ਮਨ ਤੋ ਆਨੰਦ ਮੰਗਲ ਸੁਖ ਪਾਈਐ। ਹੇ ਭਾਈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਵਿੱਚ ਫਸੇ ਰਿਹਾ ਸੁੱਖ ਨਹੀਂ ਮਿਲਿਆ ਕਰਦਾ। ਜਦੋਂ ਤੱਕ ਅਸੀਂ ਇਹਨਾਂ ਵਿਕਾਰਾਂ 'ਚ ਫਸੇ ਹਾਂ, ਸੁੱਖ ਦੀ ਪ੍ਰਾਪਤੀ ਅਸੀਂ ਕਰ ਨਹੀਂ ਸਕਦੇ, ਆਨੰਦ ਦਾ ਅਨੁਭਵ ਅਸੀਂ ਨਹੀਂ ਕਰ ਸਕਦੇ। ਹੇ ਮੇਰੇ ਮਨ, ਤੂੰ ਸਭਨਾ ਦੇ ਚਰਨਾਂ ਦੀ ਧੂੜ ਬਣਿਆ ਕਰ, ਧੂੜ ਬਣਿਆ ਰਹਿ, ਤਦੋਂ ਹੀ ਆਤਮਕ ਆਨੰਦ ਖੁਸ਼ੀ ਸੁੱਖ ਪ੍ਰਾਪਤ ਹੁੰਦਾ। ਸਭਨਾ ਦੇ ਚਰਨਾਂ ਦੀ ਧੂੜ ਬਣ ਜਾਣਾ ਭਾਵ ਕਿ ਆਪਣੇ ਅੰਦਰੋਂ ਮੈਂ ਨੂੰ ਖਤਮ ਕਰ ਲੈਣਾ। ਜਦੋਂ ਮੈਂ ਖਤਮ ਹੋ ਗਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਆਪਣੇ ਆਪ ਹੀ ਮਿਟ ਜਾਂਦੇ ਨੇ। ਕਾਲ ਨਾ ਪਹਨੈ ਅੰਤਰ ਬਿਧ ਜਾਨੈ, ਤਾਂ ਕੀ ਕਰ ਮਨ ਸੇਵਾ, ਕਰ ਪੂਜਾ ਹੋਮ ਇਹੋ ਮਨੁਆ, ਅਕਾਲ ਮੂਰਤ ਗੁਰਦੇਵਾ। ਹੇ ਮੇਰੇ ਮਨ, ਉਸ ਪਰਮਾਤਮਾ ਦੀ ਸੇਵਾ ਭਗਤੀ ਕਰਿਆ ਕਰ ਜਿਹੜਾ ਕਿਸੇ ਦੀ ਕੀਤੀ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੰਦਾ। ਕਾਲ ਨਾ ਪਾਨੈ ਅੰਤਰ ਬਿਧ ਜਾਨੈ, ਜਿਹੜਾ ਹਰੇਕ ਦੇ ਦਿਲ ਦੀ ਜਾਣਦਾ ਹੈ। ਤਾਂ ਕਿ ਕਰ ਮਨ ਸੇਵਾ, ਉਸ ਪਰਮਾਤਮਾ ਦੀ ਸੇਵਾ ਭਗਤੀ ਕਰਿਆ ਕਰ। ਹੇ ਭਾਈ, ਜਿਹੜਾ ਪ੍ਰਕਾਸ਼ ਰੂਪ ਪ੍ਰਭੂ ਸਭ ਤੋਂ ਵੱਡਾ ਹੈ, ਜਿਸ ਦਾ ਸਰੂਪ ਮੌਤ ਤੋਂ ਰਹਿਤ ਹੈ, ਉਸ ਦੀ ਪੂਜਾ ਭਗਤੀ ਕਰ ਅਤੇ ਭੇਟਾ ਵਜੋਂ ਆਪਣਾ ਇਹ ਮਨ ਉਸਦੇ ਹਵਾਲੇ ਕਰ। ਗੋਬਿੰਦ ਦਾ ਮੋਦਰ ਦਿਆਲ ਮਾਧਵੇ, ਪਾਰ ਬ੍ਰਹਮ ਨਿਰੰਕਾਰਾ, ਨਾਮ ਵਰਤਣ ਨਾਮੋ ਵਾਲੇ ਮਾਂ, ਨਾਮ ਨਾਨਕ ਪ੍ਰਾਨ ਅਧਾਰਾ। ਹੇ ਨਾਨਕ, ਗੋਬਿੰਦ ਦਾਮੋਦਰ ਦਇਆ ਦੇ ਘਰ ਮਾਇਆ ਦੇ ਪਤੀ ਪਾਰ ਬ੍ਰਹਮ ਨਿਰੰਕਾਰ ਦੇ ਨਾਮ ਨੂੰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ, ਭਾਵ ਕਿ ਨਾਮ ਦੇ ਨਾਲ ਆਪਣੀ ਪ੍ਰੀਤ ਜੋੜ, ਪ੍ਰਭੂ ਦੇ ਨਾਮ ਦੇ ਨਾਲ ਸਾਂਝ ਪਾ,
ਜਦੋਂ ਨਾਮ ਨਾਲ ਸਾਂਝ ਪੈ ਗਈ ਤਾਂ ਹਰ ਵਕਤ ਇਹ ਨਾਮ ਤੇਰੇ ਕੰਮ ਆ ਸਕਦਾ ਹੈ। ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਪਰਿਸਥਿਤੀ ਦੇ ਵਿੱਚ ਤੂੰ ਹੋਵੇਂ, ਨਾਮ ਤੇਰਾ ਸਹਾਰਾ ਬਣੇਗਾ, ਸਾਥੀ ਬਣੇਗਾ। ਨਾਮ ਨੂੰ ਹੀ ਹਿਰਦੇ ਘਰ ਦਾ ਸਮਾਨ ਬਣਾ, ਨਾਮ ਨੂੰ ਹੀ ਜਿੰਦ ਦਾ ਆਸਰਾ ਬਣਾ। ਸੋਰਠ ਮਹਿਲਾ ਪੰਜਵਾਂ, ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਛਰਤ ਆਣ ਮਿਲਾਇਆ, ਪਸ਼ੂ ਪ੍ਰੇਤ ਮੁਗਦ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਹੇ ਭਾਈ, ਗੁਰੂ ਕੋਲ ਇੰਨੀ ਤਾਕਤ ਹੈ ਕਿ ਆਤਮਕ ਤੌਰ 'ਤੇ ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ ਰੂਪੀ ਜਿੰਦ ਪਾ ਦਿੰਦਾ ਹੈ। ਜਿਹੜਾ ਮਨੁੱਖ ਦੁੱਖਾਂ ਨਾਲ ਘਿਰਿਆ ਪਿਆ ਹੈ, ਆਪਣੇ ਆਪ ਨੂੰ ਸਮਝਦਾ ਹੈ, ਆਤਮਕ ਮੌਤੇ ਮਰਿਆ ਪਿਆ ਹੈ, ਵਿਕਾਰਾਂ ਦੇ ਵਿੱਚ ਫਸਿਆ ਪਿਆ ਹੈ, ਗੁਰੂ ਉਸ ਨੂੰ ਵੀ ਨਾਮ ਦੀ ਦਾਤ ਦੇ ਕੇ ਉਹਦੇ ਅੰਦਰ ਇੱਕ ਨਵਾਂ ਜੀਵਨ ਫੂਕ ਦਿੰਦਾ ਹੈ। ਪ੍ਰਭੂ ਤੋਂ ਵਿਛੜੇ ਹੋਏ ਮਨੁੱਖ ਨੂੰ ਲਿਆ ਕੇ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਪਸ਼ੂ ਸੁਭਾਅ, ਪ੍ਰੇਤ ਸੁਭਾਅ, ਮੂਰਖ ਮਨੁੱਖ ਜਿਹੜੇ ਨੇ ਉਹ ਵੀ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸੁਣਨ ਵਾਲੇ ਬਣ ਜਾਂਦੇ ਨੇ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਨੇ। ਪੂਰੇ ਗੁਰ ਕੀ ਦੇਖ ਬੜਾਈ, ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾਉ। ਹੇ ਭਾਈ, ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ, ਉਸਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਲਾਹੀ ਗੁਰੂ ਸਾਨੂੰ ਮਿਲੇ ਹੋਏ ਨੇ, ਉਹਨਾਂ ਦੀ ਉੱਚਤਾ ਬਹੁਤ ਵੱਡੀ ਹੈ, ਬਹੁਤ ਉੱਚੀ ਹੈ, ਉਹਨਾਂ ਦੀ ਕਦਰ ਕਰੀਏ। ਸ਼ਬਦਾਂ ਦੇ ਵਿੱਚ ਜਾਂ ਕਿਸੇ ਵੀ ਹੋਰ ਵਸੀਲੇ ਦੇ ਨਾਲ ਗੁਰੂ ਸਾਹਿਬ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਮੁੱਲ ਦੱਸਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਦਾ ਮੁੱਲ ਹਿਰਦੇ ਦੇ ਵਿੱਚ ਸਿਰਫ ਅਤੇ ਸਿਰਫ ਮਹਿਸੂਸ ਕੀਤਾ ਜਾ ਸਕਦਾ। ਪੂਰੀ ਤਹਿ ਦਿਲੀ ਦੇ ਨਾਲ ਇਹਨੂੰ ਮਹਿਸੂਸ ਕਰੀਏ, ਗੁਰੂ ਸਾਹਿਬ ਦੀ ਵਡਮੁੱਲਤਾ ਨੂੰ ਪਛਾਣੀਏ ਅਤੇ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬ ਨੂੰ ਇੱਕ ਬਹੁਤ ਖਾਸ ਅਤੇ ਉੱਚੀ ਥਾਂ ਦੇਈਏ। ਦੁੱਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਵਿਸ਼ਰਾਮਾ, ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ, ਆਪਾਂ ਇੱਕ ਘਟਨਾ ਦਾ ਜ਼ਿਕਰ ਕੀਤਾ ਵੀਡੀਓ ਦੀ ਸ਼ੁਰੂਆਤ ਦੇ ਵਿੱਚ, ਅੱਗੇ ਚੱਲ ਕੇ ਆਪਾਂ ਇਹ ਜਾਣਿਆ ਕਿ ਕਿਸ ਤਰ੍ਹਾਂ ਦੇ ਦੁੱਖਾਂ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਘਿਰਿਆ ਹੋਇਆ ਪਾਉਂਦਾ ਹੈ। ਛੋਟੇ ਮੋਟੇ ਨੁਕਸਾਨ, ਛੋਟੀ ਮੋਟੀ ਸਰੀਰਕ ਤਕਲੀਫ ਵੀ ਮਨੁੱਖ ਨੂੰ ਚਿੰਤਾਵਾਂ 'ਚ, ਦੁੱਖਾਂ ਦੇ ਵਿੱਚ ਘੇਰ ਦਿੰਦੀ ਹੈ। ਉਹ ਸਮਾਂ ਕਿਹੜਾ ਸੀ ਜਦੋਂ ਮਨੁੱਖ ਦੀ ਸਧਾਰਨ ਅਵਸਥਾ ਆਨੰਦਮਈ ਸੀ? ਉਹ ਸੀ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ, ਜਦੋਂ ਖੇਤੀਬਾੜੀ ਤੱਕ ਦਾ ਵੀ ਇਜਾਦ ਨਹੀਂ ਸੀ ਹੋਇਆ। ਉਹਨੇ ਆਪਣਾ ਸਮਾਂ ਖਾਣਾ ਲੱਭਣ ਦੇ ਵਿੱਚ ਅਤੇ ਖਾਣ ਦੇ ਵਿੱਚ ਬਤੀਤ ਕਰਨਾ ਹੁੰਦਾ ਸੀ। ਅੱਜ ਸੋਚ ਕੇ ਸਾਨੂੰ ਸ਼ਾਇਦ ਇੰਝ ਲੱਗਦਾ ਹੋਵੇ ਕਿ ਉਹਨਾਂ ਦਾ ਸਾਰਾ ਟਾਈਮ, ਸਾਰਾ ਸਮਾਂ ਜਿਹੜਾ ਹੈ ਖਾਣਾ ਲੱਭਣ 'ਚ ਹੀ ਲੱਗ ਜਾਂਦਾ ਹੋਣਾ, ਪਰ ਯਕੀਨ ਮੰਨਿਓ, ਖਾਣੇ ਦੀ ਬਹੁਤ ਬਹੁਤਾਤ ਹੁੰਦੀ ਸੀ। ਜੰਗਲਾਂ ਦੇ ਵਿੱਚ ਰਹਿੰਦਿਆਂ ਹੋਇਆਂ ਫਲ ਫਰੂਟ, ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਖਾਸ ਕਰਕੇ
ਜਿਨ੍ਹਾਂ ਨੂੰ ਰੂਟ ਵੈਜੀਟੇਬਲ ਯਾਨੀ ਕਿ ਆਲੂ ਸ਼ਕਰਕੰਦੀ ਆਦਿਕ ਬੜੇ ਹੁੰਦੇ ਸਨ। ਧਰਤੀ ਦੀਆਂ ਖੁਦਾਈਆਂ ਕਰਕੇ ਜੋ ਵੀ ਅਵਿਸ਼ੇਸ਼ ਵਿਗਿਆਨੀਆਂ ਨੇ ਲੱਭੇ, ਉਹਨਾਂ ਦੇ ਆਧਾਰ 'ਤੇ ਜੋ ਵੀ ਧਰਤੀ ਦਾ ਇਤਿਹਾਸ ਹੁਣ ਤੱਕ ਲਿਖਿਆ ਗਿਆ ਹੈ ਉਹਦੇ ਅਨੁਸਾਰ ਖਾਣਾ ਇਕੱਠਾ ਕਰਨ ਦਾ ਕੰਮ ਜ਼ਿਆਦਾਤਰ ਬੀਬੀਆਂ ਕਰਦੀਆਂ ਸਨ। ਇਹ ਸੀ ਪੌਦਿਆਂ ਤੋਂ ਮਿਲਣ ਵਾਲਾ ਖਾਣਾ, ਅਤੇ ਜਿਹੜੇ ਬੰਦੇ ਸਨ ਉਹ ਪੌਦਿਆਂ ਤੋਂ ਮਿਲਣ ਵਾਲਾ ਖਾਣਾ ਵੀ ਇਕੱਠਾ ਕਰਦੇ ਸਨ ਅਤੇ ਸ਼ਿਕਾਰ ਦੀ ਕੋਸ਼ਿਸ਼ ਵੀ ਕਰਿਆ ਕਰਦੇ ਸਨ, ਅਤੇ ਸ਼ਿਕਾਰ ਕਦੇ ਕਦਾਈ ਹੀ ਹੱਥ ਲੱਗਦਾ ਸੀ। ਸੋ ਜਿਹੜਾ ਹੁਣ ਅੱਜ ਦੀ ਘੜੀ ਹਫ਼ਤੇ ਦੇ ਵਿੱਚ 40-40, 50-60, ਕਈ ਤਾਂ ਪਤਾ ਨਹੀਂ 80-80 ਘੰਟੇ ਵੀ ਕੰਮ ਕਰਦੇ ਨੇ ਲੋਕ, ਉਹ ਨੋਰਮਲ ਹੋ ਗਿਆ। ਉਹਨਾਂ ਵੇਲਿਆਂ ਦੇ ਵਿੱਚ ਦਿਨ ਦੇ ਵਿੱਚ ਮਸਾਂ ਹੀ 2-3 ਘੰਟੇ ਦਾ ਉਹਨਾਂ ਦਾ ਕੰਮ ਹੁੰਦਾ ਸੀ ਖਾਣਾ ਇਕੱਠਾ ਕਰਨ ਦਾ, ਬਾਕੀ ਸਮਾਂ ਉਹਨਾਂ ਕੋਲ ਵਿਹਲ ਹੁੰਦੀ ਸੀ। ਉਸ ਵਿਹਲ ਦੇ ਵਿੱਚ ਉਹ ਕੁਝ ਖੇਡਾਂ ਖੇਡਦੇ ਸਨ, ਨੱਚਦੇ ਗਾਉਂਦੇ ਸਨ। ਅੱਜ ਵੀ ਬੜੇ ਕਬੀਲੇ ਹਨ ਇਸ ਦੁਨੀਆ 'ਤੇ ਜਿਹੜੇ ਜੰਗਲਾਂ ਦੇ ਵਿੱਚ ਆਦਿ ਵਾਸੀਆਂ ਵਾਂਗ ਹੀ ਰਹਿੰਦੇ ਨੇ, ਅਤੇ ਉਹ ਇੰਝ ਹੀ ਕਰਦੇ ਨੇ। 2-3 ਘੰਟੇ ਲਾ ਕੇ ਦਿਨ ਦੇ ਵਿੱਚ ਉਹਨਾਂ ਨੂੰ ਭਰਪੂਰ ਮਾਤਰਾ 'ਚ ਖਾਣਾ ਇਕੱਠਾ ਹੋ ਜਾਂਦਾ, ਅਤੇ ਬਾਅਦ ਦਾ ਬਾਕੀ ਸਮਾਂ ਉਹ ਆਪਦਾ ਆਨੰਦ 'ਚ ਗੁਜ਼ਾਰਦੇ ਨੇ। ਉਹਨਾਂ ਦੀ ਸਧਾਰਨ ਅਵਸਥਾ ਆਨੰਦਮਈ ਹੈ। ਦੁੱਖ ਵਾਲੀ ਘੜੀ ਉਹਨਾਂ 'ਤੇ ਕਿਹੜੀ ਹੁੰਦੀ ਹੈ? ਜਦੋਂ ਕਿਸੇ ਨਾ ਕਿਸੇ ਜਾਨਵਰ ਦਾ ਹਮਲਾ ਹੋ ਜਾਵੇ, ਉਦੋਂ ਸਰੀਰਕ ਤੌਰ 'ਤੇ ਉਹਨਾਂ ਦੇ ਉੱਤੇ ਵੱਡੀ ਭੀੜ ਆਉਂਦੀ ਹੈ, ਜਿਹਨੇ ਉਹਨਾਂ ਨੂੰ ਭਵਿੱਖ 'ਚ ਨਹੀਂ ਉਸ ਵਕਤ ਨੁਕਸਾਨ ਪਹੁੰਚਾਉਣਾ ਹੈ। ਮਨੁੱਖਾ ਸਰੀਰ ਦੇ, ਬਲਕਿ ਸਿਰਫ ਮਨੁੱਖਾਂ ਦੀ ਨਹੀਂ, ਹਰ ਤਰ੍ਹਾਂ ਦੇ ਜੀਵਾਂ ਦੇ ਸਰੀਰ ਉਸ ਪਰਮਾਤਮਾ ਨੇ ਇੱਦਾਂ ਦੇ ਬਣਾਏ ਨੇ ਕਿ ਜਦੋਂ ਉਹਨਾਂ ਦੀ ਜਾਨ ਦੇ ਉੱਤੇ ਖਤਰਾ ਆ ਜਾਏ ਤਾਂ ਉਹਨਾਂ ਨੂੰ ਚਿੰਤਾ ਜ਼ਰੂਰ ਹੁੰਦੀ ਹੈ। ਉਹਨਾਂ ਦੇ ਅੰਦਰ ਖਲਬਲੀ ਮੱਚਦੀ ਹੈ, ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ, ਅਤੇ ਵਧੇਰੇ ਕਰਕੇ ਖੂਨ ਦੀ ਜ਼ਿਆਦਾ ਸਪਲਾਈ ਲੱਤਾਂ ਵੱਲ ਨੂੰ ਜਾਂਦੀ ਹੈ ਤਾਂ ਕਿ ਉਹ ਭੱਜ ਕੇ ਆਪਦਾ ਬਚਾਅ ਕਰ ਸਕਣ। ਇਸ ਗੱਲ ਨੂੰ ਹੋਰ ਜ਼ਿਆਦਾ ਡੂੰਘਾਈ 'ਚ ਨਾ ਲਿਜਾਂਦੇ ਹੋਏ ਆਪਾਂ ਕੰਕਲੂਜਨ ਸਮਝ ਲਈਏ ਕਿ ਇੱਕ ਸਮਾਂ ਸੀ ਜਦੋਂ ਮਨੁੱਖ ਦੀ ਸਧਾਰਨ ਅਵਸਥਾ ਆਨੰਦਮਈ ਸੀ, ਅਤੇ ਅਜੋਕਾ ਸਮਾਂ ਆ ਗਿਆ ਜਦੋਂ ਮਨੁੱਖ ਦੀ ਸਧਾਰਨ ਅਵਸਥਾ ਹੀ ਦੁੱਖਾਂ ਦੇ ਵਿੱਚ ਘਿਰੀ ਹੋਈ ਹੈ। ਅਤੇ ਇਸ ਘਿਰੀ ਹੋਈ ਅਵਸਥਾ, ਦੁੱਖਾਂ ਦੇ ਵਿੱਚ ਘਿਰੀ ਹੋਈ ਅਵਸਥਾ 'ਚੋਂ ਬਾਹਰ ਆਉਣ ਲਈ ਇੱਕ ਘਟਨਾ ਦਾ ਘਟਣਾ ਜ਼ਰੂਰੀ ਹੈ। ਉਹ ਘਟਨਾ ਹੈ ਗੁਰੂ ਦੇ ਨਾਲ ਮਿਲਾਪ। ਜਦੋਂ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪੈ ਜਾਵੇ ਤਾਂ ਦੁੱਖਾਂ ਦਾ, ਗਮਾਂ ਦਾ ਡੇਰਾ ਉਹਦੇ ਅੰਦਰੋਂ ਢਹਿ ਜਾਂਦਾ। ਤੁਸੀਂ ਜੋ ਇਸ ਵੀਡੀਓ ਨੂੰ ਸੁਣਦੇ ਪਏ ਹੋ ਆਪਦੇ ਅੰਦਰ ਇਹ ਤਬਦੀਲੀ ਮਹਿਸੂਸ ਕੀਤੀ ਹੋਣੀ ਹੈ। ਬੜੇ ਲੋਕਾਂ ਦੇ ਕਮੈਂਟਾਂ ਦਾ, ਟਿੱਪਣੀਆਂ ਦਾ ਆਪਾਂ ਕੁਝ ਵੀਡੀਓਜ਼ ਦੇ ਵਿੱਚ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਆਪਣੀ ਵਿਥਾ ਜੋ ਹੈ ਉਹ ਸੁਣਾਈ ਹੈ, ਆਪਦਾ ਅਨੁਭਵ ਸੁਣਾਇਆ ਹੈ, ਦੱਸਿਆ ਹੈ ਸਾਨੂੰ ਕਿ ਕਿਵੇਂ ਉਹ ਦੁੱਖਾਂ 'ਚ ਘਿਰੇ ਰਹਿੰਦੇ ਸੀ ਪਰ ਹੁਣ ਦੁੱਖਾਂ 'ਚੋਂ ਬਾਹਰ ਆ ਗਏ ਜਦੋਂ ਦੇ ਗੁਰੂ ਦੇ ਗੁਰਬਾਣੀ ਦੇ ਲੜ ਲੱਗੇ। ਸੋ ਜਦੋਂ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਤਾਂ ਦੁੱਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਵਿਸ਼ਰਾਮਾ, ਮਨ ਬਾਂਛਤ ਫਲ ਮਿਲੇ, ਅਚਿੰਤਾ ਪੂਰਨ ਹੋਏ ਕਾਮਾ। ਉਸ ਮਨੁੱਖ ਨੂੰ ਅਚਨਚੇਤ ਮਨ ਇੱਛਤ ਫਲ ਮਿਲ ਜਾਂਦੇ ਨੇ। ਜੇ ਤੁਸੀਂ ਕਿਸੇ ਨੂੰ ਵੀ ਪੁੱਛੋ ਉਹਦੇ ਮਨ ਦੀ ਇੱਛਾ ਕੀ ਹੈ, ਉਹਨੂੰ ਜ਼ਿੰਦਗੀ ਦੇ ਵਿੱਚ ਕੀ ਚਾਹੀਦਾ, ਉਹ ਗੱਲ ਵੱਖਰੀ ਹੈ ਕਿ ਹਰ ਮਨੁੱਖ ਜਿਹੜੇ ਓਬਜੈਕਟ ਗਿਣਾਏਗਾ, ਕੋਈ ਸੰਸਾਧਨ ਗਿਣਾਊਗਾ, ਉਹ ਵੱਖਰੇ ਵੱਖਰੇ ਹੋਣਗੇ, ਪਰ ਅੰਤਲਾ ਟੀਚਾ ਜਿਹੜਾ ਹੈ ਉਹ ਖੁਸ਼ੀ ਅਤੇ ਆਨੰਦ ਹੋਵੇਗਾ ਕਿ ਜ਼ਿੰਦਗੀ 'ਚ ਸਕੂਨ ਚਾਹੀਦਾ, ਖੁਸ਼ੀ ਚਾਹੀਦੀ ਹੈ, ਆਨੰਦ ਚਾਹੀਦਾ। ਸੋ ਮਨ ਇੱਛਤ ਫਲ ਇਹ ਹੈ ਸਾਡਾ, ਅਤੇ ਗੁਰੂ ਦੇ ਲੜ ਲੱਗਿਆਂ ਇਹ ਸਾਨੂੰ
ਅਚਨਚੇਤ ਮਿਲ ਜਾਂਦਾ, ਇੱਕਦਮ ਮਿਲ ਜਾਂਦਾ, ਸਾਰੇ ਕੰਮ ਸਿਰੇ ਚੜ ਜਾਂਦੇ ਨੇ। ਜਿਹੜਾ ਸਾਨੂੰ ਲੱਗਦਾ ਰਹਿੰਦਾ ਕਿ ਆਹ ਨਹੀਂ ਹੋਇਆ, ਉਹ ਨਹੀਂ ਹੋਇਆ, ਉਹ ਚਿੰਤਾ ਹੀ ਮਿਟ ਜਾਂਦੀ ਹੈ। ਲੱਗਦਾ ਕਿ ਸਭ ਕੁਝ ਸਹੀ ਹੀ ਸਹੀ ਹੈ, ਠੀਕ ਹੀ ਠੀਕ ਹੈ, ਜਿੱਥੇ ਪਰਮਾਤਮਾ ਨੇ ਸਾਨੂੰ ਰੱਖਿਆ ਬੜਾ ਸੋਹਣਾ ਰੱਖਿਆ। ਇਹ ਖਿਆਲ ਸਾਡੇ ਅੰਦਰ ਵਸ ਜਾਂਦਾ। ਈਹਾਂ ਸੁਖ ਆਗੈ ਮੁਖ ਉਜਲ, ਮਿਟ ਗਏ ਆਵਣ ਜਾਣੇ, ਨਿਰਭਉ ਭਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਭਾਣੇ। ਇਹ ਭਾਈ, ਜਿਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿੱਚ ਭਾ ਜਾਂਦੇ ਨੇ, ਉਹਨਾਂ ਨੂੰ ਇਸ ਲੋਕ ਵਿੱਚ ਸੁੱਖ ਪ੍ਰਾਪਤ ਰਹਿੰਦਾ ਹੈ, ਪਰ ਲੋਕ ਦੇ ਵਿੱਚ ਵੀ ਉਹ ਸੁਰਖਰੂ ਹੋ ਜਾਂਦੇ ਨੇ, ਜਨਮ ਮਰਨ ਦੇ ਗੇੜ ਮੁੱਕ ਜਾਂਦੇ ਨੇ, ਭਾਵ ਕਿ ਉਹ ਅਜੋਕੇ ਸਮੇਂ ਦੇ ਵਿੱਚ ਸੁਖੀ ਹੋ ਜਾਂਦੇ ਆ, ਉਹਨਾਂ ਦੀ ਸਧਾਰਨ ਅਵਸਥਾ ਆਨੰਦਮਈ ਹੋ ਜਾਂਦੀ ਹੈ। ਪਰਲੋਕ ਦੇ ਵਿੱਚ ਵੀ ਸੁਰਖਰੂ ਹੋ ਜਾਂਦੇ ਆ, ਭਾਵ ਕਿ ਭਵਿੱਖ ਦੇ ਵਿੱਚ ਉਹਨਾਂ ਦੇ ਜੀਵਨ 'ਚ ਜੇ ਕੋਈ ਪ੍ਰਕੋਪੀ ਆਵੇਗੀ, ਉਦੋਂ ਵੀ ਉਹਨਾਂ ਦੇ ਮੁੱਖ ਉਜਲੇ ਰਹਿਣਗੇ, ਉਹ ਚਿੰਤਾ ਤੋਂ ਰਹਿਤ ਰਹਿਣਗੇ, ਕਿਉਂਕਿ ਗੁਰੂ ਦੇ ਲੜ ਲੱਗਿਆਂ ਸਾਡੇ ਅੰਦਰੋਂ ਮੌਤ ਤੱਕ ਦਾ ਡਰ ਖਤਮ ਹੋ ਜਾਂਦਾ। ਮੌਤ ਤੱਕ ਦੀ ਸਾਨੂੰ ਚਿੰਤਾ ਨਹੀਂ ਰਹਿੰਦੀ ਕਿ ਇੱਕ ਦਿਨ ਤੇ ਮਰਨਾ ਹੀ ਹੈ, ਤੇ ਉਦਣ ਹੀ ਮਰਨਾ ਜਿੱਦਣ ਪਰਮਾਤਮਾ ਨੇ ਸਾਡਾ ਲਿਖਿਆ ਹੋਇਆ। ਸੋ ਇਸ ਗੱਲ ਦੀ ਚਿੰਤਾ ਕੀ ਕਰਨੀ, ਜਾਂ ਤਾਂ ਹੋਵੇ ਕਿ ਮੌਤ ਇੱਕ ਅਣਹੋਣੀ ਚੀਜ਼ ਹੈ, ਤੇ ਆਪਾਂ ਕੁਝ ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਆ ਕਿ ਅਣਹੋਣੀ ਇਸ ਦੁਨੀਆ ਤੇ ਕੋਈ ਵੀ ਘਟਨਾ ਨਹੀਂ ਹੈ। ਜਦੋਂ ਪਤਾ ਹੀ ਹੈ ਕਿ ਇੱਕ ਦਿਨ ਤੇ ਇਹ ਆਉਣੀ ਹੀ ਹੈ, ਫਿਰ ਚਿੰਤਾ ਫਿਕਰ ਕਾਹਦੀ। ਸੋ ਪ੍ਰਕੋਪੀ ਵਾਲੀ ਹਾਲਾਤ ਦੇ ਵਿੱਚ ਵੀ ਉਹ ਮਨੁੱਖ ਸੁਰਖਰੂ ਰਹਿੰਦਾ ਜਿਹੜਾ ਗੁਰੂ ਦੇ ਲੜ ਲੱਗ ਜਾਂਦਾ। ਮਿਟ ਗਏ ਆਵਣ ਜਾਣੇ, ਆਵਣ ਜਾਣਾ ਦੁੱਖ ਸੁੱਖ ਦਾ ਚੱਕਰ ਹੈ। ਆਮ ਤੌਰ 'ਤੇ ਮਨੁੱਖ ਇਸ ਚੱਕਰ 'ਚ ਫਸਿਆ ਰਹਿੰਦਾ ਕਿ ਕਦੇ ਸੁਖੀ ਹੋ ਗਿਆ, ਕਦੇ ਦੁਖੀ ਹੋ ਗਿਆ। ਜਿਹੜਾ ਗੁਰੂ ਦੇ ਲੜ ਲੱਗ ਗਿਆ, ਉਹ ਇਸ ਚੱਕਰ 'ਚੋਂ ਬਾਹਰ ਆ ਕੇ ਇੱਕ ਸੰਤੁਲਿਤ ਅਵਸਥਾ 'ਚ ਪਹੁੰਚ ਜਾਂਦਾ, ਸਥਿਰ ਅਵਸਥਾ 'ਚ ਪਹੁੰਚ ਜਾਂਦਾ। ਉਹ ਨਾ ਤਾਂ ਦੁਖੀ ਹੁੰਦਾ, ਨਾ ਸੁਖੀ ਹੁੰਦਾ, ਹਮੇਸ਼ਾ ਸਥਿਰ ਰਹਿੰਦਾ। ਉਠਤ ਬੈਠਤ ਹਰ ਗੁਣ ਗਾਵੈ, ਦੁੱਖ ਦਰਦ ਭ੍ਰਮ ਭਾਗਾ, ਕਹੋ ਨਾਨਕ ਤਾ ਕੇ ਪੂਰ ਕਰਮਾ, ਜਾਂ ਕਾ ਗੁਰ ਚਰਨੀ ਮਨ ਲਾਗਾ। ਹੇ ਨਾਨਕ, ਇਹ ਆਖੋ, ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ 'ਚ ਜੁੜਿਆ ਰਹਿੰਦਾ, ਉਹਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹੈ। ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖਤਮ ਹੋ ਜਾਂਦੀ ਹੈ। ਸੋ ਇਸ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 614ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਚਿੰਤਾਵਾਂ ਦੇ ਬਾਰੇ ਅਤੇ ਆਨੰਦਮਈ ਅਵਸਥਾ ਦੇ ਬਾਰੇ ਬੜੀ ਡੂੰਘਾਈ ਦੇ ਵਿੱਚ ਬੜੇ ਹੀ ਵਿਸਥਾਰ ਦੇ ਨਾਲ ਸਿੱਖਿਆਵਾਂ ਗੁਰੂ ਸਾਹਿਬ ਤੋਂ ਹਾਸਲ ਕੀਤੀਆਂ ਨੇ। ਜੇਕਰ ਤੁਹਾਡੇ ਮਨ ਦੇ ਵਿੱਚ ਇਹ ਸਿੱਖਿਆਵਾਂ ਵਸ ਗਈਆਂ, ਤੁਹਾਡਾ ਜੀਵਨ ਬਹੁਤ ਜ਼ਿਆਦਾ ਸੁਖਾਲਾ ਹੋ ਜਾਣਾ। ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹਨਾਂ ਸਿੱਖਿਆਵਾਂ ਦਾ ਅਸਰ ਤੁਹਾਡੇ ਹਿਰਦਿਆਂ 'ਤੇ ਜ਼ਰੂਰ ਹੋਵੇ ਅਤੇ ਤੁਹਾਡੇ ਜੀਵਨ ਸੁਖਾਲੇ ਹੋਵਣ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।